नेरी ने की हालात करते हैं। हुण असी एक ह्यूमन चेन बना के सेवा शुरू करी आ। तुसी देखो टाइलां इत्थे इंटरलॉक टाइल आ जिहड़ी पई सी करीब 1.5-2 किले लंबी यह ह्यूमन चेन्स बनाईया वा। दो संगत सेवा कर रही आ। सत श्री अकाल बाई जी, सत श्री अकाल। यो वीर भरा ने साडे जिहड़े आपो अपने परिवारक मैंबरां नूं लै के आए ने जां खुद अपनियां दवाईयां लैण भी आए ने कई वीर। किदां राह बण जू इत्थों दी तुर के फिर जिन्हां ने दवाईयां लैणियां ਬੀਬੀਆਂ ਭੈਣਾਂ ਕਈ ਤੁਰ ਵੀ ਨਹੀਂ ਹੁੰਦਾ ਕਈਆਂ ਤੋਂ ਇੰਨੇ ਬਜ਼ੁਰਗ ਨੇ। ਕਰੀਬ 400-500 ਪੇਸ਼ੈਂਟ ਸਾਡੇ ਕੋਲ ਇੱਕ ਦਿਨ ਪਹਿਲਾਂ ਹੀ ਪਹੁੰਚ ਜਾਂਦਾ ਵਾ, ਹਿਮਾਚਲ ਤੋਂ, ਰਾਜਸਥਾਨ ਤੋਂ, ਹਰਿਆਣੇ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੀਂਹ ਪੈ ਕੇ ਹਟਿਆ, ਤੁਸੀਂ ਦੇਖਿਆ ਕਿਵੇਂ ਕੀ ਹਾਲਾਤ ਸੀ ਬੱਦਲਾਂ ਨੇ ਅਤੇ ਹਨੇਰੀ ਨੇ ਕੀ ਹਾਲਾਤ ਕਰਤੇ। ਹੁਣ ਅਸੀਂ ਇੱਕ ਹਿਊਮਨ ਚੇਨ ਬਣਾ ਕੇ ਸੇਵਾ ਸ਼ੁਰੂ ਕਰੀ ਆ। ਤੁਸੀਂ ਦੇਖੋ ਟਾਈਲਾਂ ਇੱਥੇ ਇੰਟਰਲੋਕ ਟਾਇਲ ਆ ਜਿਹੜੀ ਪਈ ਸੀ ਕਰੀਬ 1.5-2 ਕਿਲੇ ਲੰਬੀ ਇਹ ਹਿਊਮਨ ਚੇਨਸ ਬਣਾਈਆਂ ਵਾ ਦੋ, ਅਤੇ ਜਿਹਦੇ ਵਿੱਚ ਸੰਗਤ ਸੇਵਾ ਕਰ ਰਹੀ ਆ। ਸਤਿ ਸ਼੍ਰੀ ਅਕਾਲ ਬਾਈ ਜੀ, ਸਤਿ ਸ਼੍ਰੀ ਅਕਾਲ। ਇਹ ਉਹ ਵੀਰ ਭਰਾ ਨੇ ਸਾਡੇ ਜਿਹੜੇ ਆਪੋ ਆਪਣੇ ਪਰਿਵਾਰਕ ਮੈਂਬਰਾਂ ਨੂੰ ਲੈ ਕੇ ਆਏ ਨੇ ਜਾਂ ਖੁਦ ਆਪਣੀਆਂ ਦਵਾਈਆਂ ਲੈਣ ਵੀ ਆਏ ਨੇ ਕਈ ਵੀਰ। ਤੇ ਦੇਖੋ ਇਹ ਨਾਲ ਲੱਗ ਕੇ ਸੇਵਾਵਾਂ ਕਰ ਰਹੇ ਨੇ। ਧੁੱਪ ਵੀ ਨਿਕਲ ਆਈ ਆ ਤੇ ਬੱਦਲ ਵੀ ਦੁਬਾਰਾ ਫੇਰ ਚੜਿਆ ਆਉਂਦਾ ਤੇ ਸਾਡੇ ਇੱਥੇ ਅੰਦਰ ਸਾਰੇ ਖੜਨ ਨੂੰ ਕੋਈ ਜਗ੍ਹਾ ਨਹੀਂ ਰਹੀ, ਗਾਰਾ ਹੀ ਗਾਰਾ ਹੋ ਗਿਆ। ਤੇ ਹੁਣ ਸਤਿ ਸ਼੍ਰੀ ਅਕਾਲ ਜੀ, ਉਹਨਾਂ ਸਾਰਿਆਂ ਵੀਰਾਂ ਦੇ ਭਰਾਵਾਂ ਦੇ ਖੜਨ ਵਾਸਤੇ ਟਾਈਲਾਂ ਲਾਉਣ ਦੀ ਥੋੜੀ ਜਿਹੀ ਕੋਸ਼ਿਸ਼ ਕਰ ਰਹੇ ਹਾਂ, ਚੈਣ ਦੀ ਥੱਲੇ ਕੱਚੀਆਂ ਹੀ। ਕਿੱਦਾਂ ਰਾਹ ਬਣ ਜੂ ਇੱਥੋਂ ਦੀ ਤੁਰ ਕੇ ਫਿਰ ਜਿਹਨਾਂ ਨੇ ਦਵਾਈਆਂ ਲੈਣੀਆਂ ਬੀਬੀਆਂ ਭੈਣਾਂ, ਕਈ ਤੁਰ ਵੀ ਨਹੀਂ ਹੁੰਦਾ ਕਈਆਂ ਤੋਂ ਇੰਨੇ ਬਜ਼ੁਰਗ ਨੇ ਜਾਂ ਕਈ ਮੈਂਟਲੀ ਠੀਕ ਨਹੀਂ ਹੈਗੇ, ਉਹਨਾਂ ਦੀਆਂ ਦਵਾਈਆਂ ਚੱਲਦੀਆਂ। ਇਹ ਥੋੜਾ ਜਿਹਾ ਰਸਤਾ ਬਣਾਉਣ ਲੱਗੇ ਆ। ਸਾਨੂੰ ਪਹਿਲਾਂ ਹੀ ਕੁਛ ਲੱਗ ਰਿਹਾ ਸੀ ਮੌਸਮ ਦਾ, ਇੱਥੇ ਤਾਂ ਅਸੀਂ ਇੱਟਾਂ ਚਿਣਤੀਆਂ ਸੀ ਪਹਿਲਾਂ ਹੀ, ਕਿਉਂਕਿ ਬਾਰਿਸ਼ ਦੇ ਨਾਲ ਪਹਿਲਾਂ ਹੀ ਗਿੱਲਾ ਹੋਇਆ ਸੀ ਵਿਹੜਾ ਸਾਡਾ, ਤੇ ਆਹ ਇੱਥੇ ਇੱਟਾਂ ਚਿਣਤੀਆਂ ਸੀ ਅਸੀਂ ਥੱਲੇ। ਸਾਹਮਣੇ ਉੱਥੋਂ ਰਾਹ ਖੋਲਤਾ ਸੀ ਸੜਕ ਤੋਂ, ਕਿਉਂਕਿ ਤੜਕਿਓ 3 ਵਜੇ ਦੇ ਕਰੀਬ ਵੀ ਲਾਈਨਾਂ ਚ ਖੜ ਜਾਂਦੇ ਨੇ ਲੋਕ। 3 ਤੋਂ ਵੀ ਪਹਿਲਾਂ ਕਈ ਬੀਬੀਆਂ ਭੈਣਾਂ ਜਿਹੜੇ ਦੂਰੋਂ ਆਉਂਦੇ ਨੇ, ਕਰੀਬ 400-500 ਪੇਸ਼ੈਂਟ ਸਾਡੇ ਕੋਲ ਇੱਕ ਦਿਨ ਪਹਿਲਾਂ ਹੀ ਪਹੁੰਚ ਜਾਂਦਾ ਵਾ, ਹਿਮਾਚਲ ਤੋਂ, ਰਾਜਸਥਾਨ ਤੋਂ, ਹਰਿਆਣੇ ਤੋਂ, ਜੰਮੂ ਤੋਂ, ਯੂਪੀ ਤੋਂ, ਬਿਹਾਰ ਤੋਂ, ਕਲਕੱਤੇ ਤੱਕ ਵੀ ਇੱਥੇ ਸਾਡੇ ਕੋਲ ਭੈਣ ਭਰਾ ਦਵਾਈਆਂ ਲੈਣ ਲਈ, ਆਪਣਿਆਂ ਨੂੰ ਤੰਦਰੁਸਤੀ ਦੀ, ਉਹਨਾਂ ਦੀ ਚੰਗੀ ਜ਼ਿੰਦਗੀ ਦੀ ਉਮੀਦ ਲੈ ਕੇ ਇੱਥੇ ਗੁਰੂ ਕੇ ਲੰਗਰਾਂ ਦੇ ਵਿੱਚ ਪਹੁੰਚਦੇ ਨੇ। ਉਹ ਗੁਰੂ ਕੇ ਲੰਗਰਾਂ ਦੇ ਰੂਪ ਵਿੱਚ ਦਿੱਤੀਆਂ ਹੋਈਆਂ ਪ੍ਰਸ਼ਾਦ ਰੂਪੀ ਦਵਾਈਆਂ ਛੱਕ ਕੇ, ਸਤਿ ਸ਼੍ਰੀ ਅਕਾਲ ਵੀਰੇ, ਸਤਿ ਸ਼੍ਰੀ ਅਕਾਲ ਭੈਣੇ। ਦੇਖੋ ਇਹ ਸਵੇਰੇ ਸਾਜ ਦੀ ਲਾਈਨ ਚ ਖੜਾ ਸੀ ਕੋਈ ਤੁਹਾਡੇ ਚੋ? ਕਿੰਨੇ ਵਜੇ ਕੌਣ ਸੀ? ਸਭ ਤੋਂ ਮੂਹਰੇ ਕਿਹੜਾ ਸੀ ਪਹਿਲਾਂ? ਤੁਸੀਂ ਦੂਜੇ ਨੰਬਰ ਤੇ ਪੁੱਤ? ਕਿੰਨੇ ਵਜੇ ਖੜ ਗਏ ਲਾਈਨ ਚ ਆ ਕੇ? ਸਵੇਰੇ ਤੜਕੇ 4 ਵਜੇ, ਮੈਂ 5:30 ਆਇਆ, ਉਦੋਂ ਪੂਰੀ ਲਾਈਨ ਲੱਗੀ ਹੋਈ ਪਿੱਛੇ ਦੀ ਉਦੋਂ। ਠੀਕ ਆ, ਦੇਖੋ ਇਹ ਤੜਕੇ, ਸਤਿ ਸ਼੍ਰੀ ਅਕਾਲ ਜੀ, 4 ਵਜੇ ਦੇ ਭੈਣ ਭਰਾ ਸਾਡੇ ਲਾਈਨਾਂ ਚ ਖੜੇ ਸੀਗੇ, ਪਰ ਮੀਂਹ ਪੈਣ ਨਾਲ ਹਨੇਰੀ ਤੇ ਮੀਂਹ ਨੇ ਸਾਰਾ ਇਹਨਾਂ ਦਾ ਵੀ ਸ਼ਡਿਊਲ ਖਰਾਬ ਕਰਤਾ। ਹੁਣ ਨੂੰ ਇਹਨਾਂ ਸਾਰਿਆਂ ਦੇ ਟੋਕਨ ਕੱਟੇ ਜਾਣੇ ਸੀਗੇ। ਵਾਹਿ ਖਾਲਸਾ, ਵਾਹਿ ਫਤਿਹ ਵੀਰੇ। ਤੇ ਸਾਰਿਆਂ ਦੀਆਂ
ਜਿਹੜੀਆਂ ਦਵਾਈਆਂ ਸਤਿ ਸ਼੍ਰੀ ਅਕਾਲ ਭੈਣੇ ਤਕੜੀਆਂ ਤੇ ਚੈੱਕਅਪ ਸਤਿ ਸ਼੍ਰੀ ਅਕਾਲ ਮਾਂ ਹੋਣਾ ਸ਼ੁਰੂ ਹੋ ਜਾਣਾ ਸੀ ਹੁਣ ਨੂੰ ਸਤਿ ਸ਼੍ਰੀ ਅਕਾਲ ਬਾਪੂ ਸਤਿ ਸ਼੍ਰੀ ਅਕਾਲ ਭੈਣੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਉਹ ਕਿਵੇਂ ਆ ਬਈ ਸਤਿ ਸ਼੍ਰੀ ਅਕਾਲ ਬਾਪੂ ਬਾਪੂ ਠੀਕ ਆ ਚਲੋ ਸ਼ੁਕਰ ਹੈ ਮਹਾਰਾਜ ਦਾ ਸ਼ੁਕਰ ਸਤਿ ਸ਼੍ਰੀ ਅਕਾਲ ਬਾਪੂ ਤਕਣਾ ਭਾਈ ਵਾਹਿ ਖਾਲਸਾ ਭਾਈ ਫਤਿਹ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਪੂ ਕਿਵੇਂ ਤੇਰਾ ਬੇਟਾ ਠੀਕ ਆ ਹੋਰ ਭੈਣੇ ਤਕੜੀ ਆ ਤੂੰ ਸਤਿ ਸ਼੍ਰੀ ਅਕਾਲ ਦੇਖੋ ਇੱਥੇ ਤੱਕ ਹੈ ਨਾ ਲਾਈਨਾਂ ਆ ਲੱਗੀਆਂ ਹਜੇ ਅਸੀਂ ਉਧਰੋਂ ਆਉਣ ਨੀ ਦੇ ਰਹੇ ਕਾਫੀ ਬੰਦਿਆਂ ਨੂੰ ਵੀ ਲਾਈਨਾਂ ਹਜੇ ਨਾ ਲਾਉਣ ਦੇਖੋ ਕਿੱਦਾਂ ਸਤਿ ਸ਼੍ਰੀ ਅਕਾਲ ਬਾਈ ਜੀ ਵਾਹਿ ਖਾਲਸਾ ਵਾਹਿ ਜੀ ਫਤਿਹ ਕਿੱਦਾਂ ਆਪਣਿਆਂ ਨੂੰ ਲੈ ਕੇ ਇੱਥੇ ਪਰਿਵਾਰ ਕਿੰਨੀ ਉਮੀਦ ਤੇ ਆਸ ਦੇ ਨਾਲ ਪਹੁੰਚਦੇ ਨੇ ਗੱਡੀਆਂ ਗੱਡੀਆਂ ਜਿਹੜੀਆਂ ਖੜੀਆਂ ਤੁਸੀਂ ਦੇਖਦੇ ਹੋ ਸਾਡੇ ਕੋਲੇ ਇੱਥੇ ਜਗ੍ਹਾ ਨੀ ਹੁਣ ਹੈਗੀ ਵੀ ਇਸ ਸੇਵਾ ਦੇ ਵਾਸਤੇ ਇੰਨੀ ਕੁ ਜਗ੍ਹਾ ਦੀ ਲੋੜ ਆ ਗੱਡੀਆਂ ਖੜਾਉਣ ਨੂੰ ਇਹਨਾਂ ਦੇ ਬੈਠਣ ਦਾ ਆਰਾਮ ਕਰਨ ਦਾ ਪ੍ਰਸ਼ਾਦੇ ਪਾਣੀ ਦਾ ਸਾਰਾ ਇੰਤਜ਼ਾਮ ਕਰਨ ਨੂੰ ਹੁਣ ਸਾਡੇ ਕੋਲੇ ਜਗ੍ਹਾ ਨੀ ਹੈਗੀ ਹੁਣ ਅਸੀਂ ਸੋਚਦੇ ਹਾਂ ਵੀ ਹਜੇ ਤਾਂ ਇਹ ਕਲੋਨੀਆਂ ਖਾਲੀ ਪਈਆਂ ਰਿਹਾਇਸ਼ ਨਹੀਂ ਹੈਗੀ ਇੰਨੀ ਆਉਣ ਵਾਲੇ ਤੋਂ 4 ਸਾਲਾਂ ਤੱਕ ਏਰੀਆ ਭਰ ਜੂਗਾ ਰਿਹਾਇਸ਼ੀ ਏਰੀਆ ਬਣ ਜੂ ਸਤਿ ਸ਼੍ਰੀ ਅਕਾਲ ਕਿੰਨੀ ਲੋਕਾਂ ਨੂੰ ਵੀ ਦਿੱਕਤ ਆਇਆ ਕਰੂਗੀ ਰੇੜੀਆਂ ਵਾਲੇ ਬਾਈ ਕਿੰਨੇ ਆਉਂਦੇ ਨੇ ਕੁਲਚੇ ਵਿੱਚ ਹੀ ਆਂਦਾ ਕੋਈ ਕੋਈ ਫਰੂਟ ਚਾਟ ਵੇਚ ਰਿਹਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਨੇ ਠੀਕ ਆ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਹੌਲੀ ਹੌਲੀ ਬਾਈ ਹੌਲੀ ਧਿਆਨ ਸਤਿ ਸ਼੍ਰੀ ਅਕਾਲ ਬਾਈ ਠੀਕ ਆ ਬਾਈ ਕਿਵੇਂ ਟਰੋਲੀ ਆ ਰਿਹਾ ਠੀਕ ਆ ਉਹ ਬਾਈ ਆਟੋ ਵਾਲਿਆਂ ਨੂੰ ਬੇਨਤੀ ਆ ਜਿਹੜੇ ਇੱਥੇ ਪਿੰਡ ਵਾਲੇ ਰਾਹ ਤੋਂ ਬਾਈ ਕੁਛ ਬੰਦੇ ਬਹਿ ਜਾਂਦੇ ਉਹਨਾਂ ਨੂੰ ਵੀ ਲੈ ਆਇਆ ਕਰੋ ਸੇਵਾ ਚ ਉਨੀ ਕੁ ਸੇਵਾ ਕਰ ਲਿਆ ਕਰੋ ਦੂਰ ਵਾਲੇ ਤੋਂ ਲੈ ਲਿਆ ਕਰੋ ਪੈਸੇ ਹਾਂ ਰਾਹ ਤੋਂ ਨਾ ਬਾਈ ਬਿਠਾ ਕੇ ਉਹਦੇ ਪੈਸੇ ਨੀ ਲੈਣੇ ਹਨਾ ਦੇਖੋ ਉਹ ਚੱਕਰ ਗੱਡੀਆਂ ਗੱਡੀਆਂ ਖੜੀਆਂ ਹਨਾ ਇੱਥੇ ਬਾਈ ਸਿਕਿਉਰਿਟੀ ਤੇ ਤੇਰੀ ਡਿਊਟੀ ਹੁੰਦੀ ਆ ਬਾਈ ਰਾਹ ਨੀ ਖਰਾਬ ਹੋਣ ਦੇਣਾ ਨਾ ਪਿੰਡ ਦੇ ਬੰਦੇ ਨੂੰ ਕਿਸੇ ਨੂੰ ਰਾਹ ਕਿਸੇ ਨੂੰ ਦਿੱਕਤ ਨਾ ਆਵੇ ਪਰ ਰਾਹ ਚ ਕੋਈ ਬੰਦਾ ਨਾ ਖੜ ਲਿਆ ਕਰੋ ਹਨਾ ਵੀ ਐਵੇਂ ਪਿੰਡ ਦਾ ਬੰਦਾ ਨਾਰਾਜ਼ ਹੋਵੇ ਆਪਣੇ ਨਾਲ ਇਸ ਗੱਲੋਂ ਸਤਿ ਸ਼੍ਰੀ ਅਕਾਲ ਬਾਈ